ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਵੀ ਇੱਕ ਨਵੀਂ ਰੈਸਪੀ ਲੈ ਕੇ ਆ ਗਿਆ ਸੀ ਸਾਰਿਆਂ ਨੂੰ ਵੀ ਇੱਕ ਸਤਿ ਸ਼੍ਰੀ ਅਕਾਲ ਅਤੇ ਰਾਮ ਰਾਮ। ਇੱਕ ਕੱਪ ਬੇਸਣ ਦਾ ਪਾ ਕੇ ਛਾਣ ਲਿਆ, ਦੋ ਇੱਕ ਫਿਰ ਥੋੜ੍ਹਾ ਰਹਿ ਜੂਗਾ ਪਰਿਵਾਰ ਦੇ ਹਿਸਾਬ ਨਾਲ, ਸਰਨਾ ਵੀ ਤਾਂ ਚਾਹੀਦਾ ਨਾ। ਹਾਂ, ਦੋ ਕੱਪ ਬੇਸਣ ਪਹਿਲਾਂ ਆਪਾਂ ਦੱਸ ਦਈਏ ਸਮਾਨ, ਅਤੇ ਡੂਢ ਕੱਪ ਖੰਡ ਅਤੇ ਘਿਓ ਉਹਨਾਂ ਜਿੰਨੇ ਦੇ ਵਿੱਚ ਬੇਸਣ ਹੈ ਕੜਾਹੀ 'ਚ ਘੁੰਮ ਸਕੇ। ਅਤੇ ਅੱਜ ਆਪਾਂ ਬਣਾਵਾਂਗੇ ਚੂਰਮਾ ਬਰਫੀ। ਚੂਰਮਾ ਬਰਫੀ ਬਣਾਉਣ ਵਾਸਤੇ ਥੋੜ੍ਹਾ ਜਿਹਾ ਦੁੱਧ, ਦੋ ਕੱਪ ਬੇਸਣ ਅਤੇ ਡੇਢ ਕੱਪ ਚੀਨੀ ਅਤੇ ਅੱਧਾ ਕੱਪ ਘਿਓ। ਆਪਾਂ ਨੂੰ ਇੰਨਾ ਸਮਾਨ ਚਾਹੀਦਾ ਅਤੇ ਪਹਿਲਾਂ ਦੋਨੋਂ ਦੋ ਸਮਾਨ ਇਕੱਠਾ ਕਰ ਲਿਓ, ਫਿਰ ਕੜਾਹੀ ਸੁੱਕਣ ਤੋਂ ਬਾਅਦ ਇਸ ਤਰ੍ਹਾਂ ਪਾ ਦਿਓ ਬੇਸਣ, ਪਾ ਕੇ ਥੋੜ੍ਹਾ ਹਲਕਾ ਭੁੰਨ ਲਿਓ। ਅਤੇ ਬਾਈ ਦੇਸੀ ਘਿਓ ਵਾਲਾ ਡੱਬਾ ਲਿਆ, ਆਪਾਂ ਬਣਾਵਾਂਗੇ ਦੇਸੀ ਘਿਓ 'ਚ। ਅਤੇ ਆਪਾਂ ਇਹਨੂੰ ਹਲਕਾ ਜਿਹਾ ਭੁੰਨ ਲਈਏ 3 ਤੋਂ 4 ਮਿੰਟ, ਅਤੇ ਫਿਰ ਦਿਖਾਉਂਦੇ ਹਾਂ। ਵੀ ਬੇਸਣ ਭੁੱਜਦੇ ਦੀ ਆ ਗਈ ਖੁਸ਼ਬੂ ਪੂਰੇ ਘਰ ਦੇ ਵਿੱਚ ਮਹਿਕਣ ਲੱਗ ਗਿਆ, ਅਤੇ ਹਜੇ ਆਪਾਂ ਇਹਨੂੰ 2 ਕੁ ਮਿੰਟ ਹੋਏ ਆ। 2 ਮਿੰਟ ਹੋ ਗਏ, 2 ਕੁ ਮਿੰਟ ਹੋਰ ਭੁੰਨ ਲਈਏ। ਇੱਕਦਮ ਪੂਰਾ ਬੇਸਣ ਗਰਮ ਹੋ ਜੂਗਾ, ਫਿਰ ਉਸ ਤੋਂ ਬਾਅਦ ਪੂਰੇ ਘਰ 'ਚ ਨਾ ਨਾਲੇ ਤਾਂ ਖੁਸ਼ਬੂ ਆਉਣ ਲੱਗ ਗਈ, ਨਾਲੇ ਬੇਸਣ ਹੈ ਜਿਹੜਾ ਗਰਮ ਹੋ ਜੂਗਾ ਤਾਂ ਉਸ ਤੋਂ ਬਾਅਦ ਘਿਓ ਘੱਟ ਪਊਗਾ। ਇਹ ਆਪਾਂ ਨੂੰ ਉਹ ਚੀਜ਼ ਬਣਾਉਣੀ ਹੈ ਜਿਹੜੀ ਦੇ ਵਿੱਚ ਘਿਓ ਘੱਟ ਪਵੇ। ਆਹ ਆਪਾਂ ਪਾਤਾ ਦੇਸੀ ਘਿਓ, ਦੇਸੀ ਘਿਓ ਆਪਾਂ ਉਹਨਾਂ ਪਾਵਾਂਗੇ ਜਿੰਨੇ ਦੇ ਵਿੱਚ ਆਪਣਾ ਬੇਸਣ ਹੈ ਜਿਹੜਾ ਘੁੰਮ ਸਕੇ। ਥੋੜ੍ਹਾ ਥੋੜ੍ਹਾ ਕਰਕੇ ਪਾਉਣਾ ਹੈ, ਅਤੇ ਬੇਸਣ ਦੀ ਵੀ ਪੂਰੇ ਘਰ 'ਤੇ ਸੋਹਣੀ ਸੋਹਣੀ ਖੁਸ਼ਬੂ ਆਉਣ ਲੱਗ ਗਈ। ਵੀ ਆਪਣੇ ਕੋਲ ਕੜਛੀ ਤੋਂ ਛੋਟੀ ਕੜਛੀ ਅਤੇ ਚਮਚ ਤੋਂ ਵੱਡੀ, ਐਡੀ ਕੁ ਹੈ ਕੜਛੀ ਆਹ, ਅਤੇ ਆਪਾਂ 2 ਪਾ ਦਈਏ 2 ਕੱਪ ਦੇ ਵਿੱਚ, ਅਤੇ ਹੁਣ ਬੇਸਣ ਘੁੰਮ ਸਕੂਗਾ ਇਹਦੇ ਵਿੱਚ। ਅਤੇ ਜਦੋਂ ਭੁੱਜ ਗਿਆ ਉਸ ਤੋਂ ਬਾਅਦ ਵੀ ਭੁੰਨਿਆ ਗਿਆ ਬੇਸਣ, ਉਸ ਤੋਂ ਬਾਅਦ ਘਿਓ ਛੱਡ ਜੂਗਾ। ਮੈਂ ਵੀ ਇੱਕ ਧੋਤਾ ਵਿਆ ਪਾਉਣਾ, ਫੜਾ ਦੇ ਮੈਨੂੰ। ਅਤੇ ਹੁਣ ਆਪਾਂ ਹੋਰ ਇਹਨੂੰ 5-7 ਮਿੰਟ ਭੁੰਨਣਾ, ਅਤੇ ਆਪਣੀ ਚੂਰਮਾ ਬਰਫੀ ਬਣਨ 'ਤੇ ਜ਼ਿਆਦਾ ਟਾਈਮ ਨਹੀਂ ਲੱਗਣਾ, ਜਲਦੀ ਤੋਂ ਜਲਦੀ ਬਣ ਜਾਣੀ ਹੈ। ਅਤੇ ਜੇ ਇਸ ਟਾਈਮ 'ਤੇ ਤੁਹਾਨੂੰ ਜ਼ਰੂਰਤ ਹੋਵੇ ਤਾਂ ਥੋੜ੍ਹਾ ਬਹੁਤਾ ਘਿਓ ਹੋਰ ਪਾ ਸਕਦੇ ਹੋ, ਮੈਂ ਇੰਨਾ ਹੀ ਪਾਉਣਾ। ਵੀ ਐਵੇਂ ਦਾ ਆਪਾਂ ਦਬਾ ਦਬਾ ਕੇ ਇਹਨੂੰ ਐਂ ਜਿਹੜੀਆਂ ਡਲੀਆਂ ਭਲੀਆਂ ਹੋਈਆਂ ਆਪਾਂ ਸਾਰੀਆਂ ਖਿਲਾਰ ਲੈਣੀਆਂ।
ਬੇਸਣ ਗਿੱਲਾ ਲੱਗਣ ਲੱਗ ਗਿਆ ਅੱਗੇ ਨੂੰ ਪਹਿਲਾਂ ਨੂੰ, ਅਤੇ ਆਪਾਂ ਗੈਸ ਹੈ ਜਿਹੜਾ ਬਿਲਕੁਲ ਘੱਟ ਕਰ ਦੇਣਾ, ਕਿਉਂਕਿ ਨਹੀਂ ਤਾਂ ਕਲਰ ਚੇਂਜ ਹੋ ਜੂਗਾ ਗੈਸ ਘੱਟ ਨਾ ਕਰਿਆ ਨਾ। ਇਸ ਟਾਈਮ ਜੇ ਚਾਹੋ ਤਾਂ ਇੱਕ ਚਮਚਾ ਤੁਸੀਂ ਸੂਜੀ ਦਾ ਵੀ ਪਾ ਸਕਦੇ ਹੋ ਦਾਣੇਦਾਰ ਬਣਾਉਣ ਵਾਸਤੇ ਇਹਨੂੰ, ਪਰ ਸਾਡੇ ਕੋਲ ਵੀ ਸੂਜੀ ਹੈ ਨਹੀਂ ਪਈ ਹੈ ਸਰ ਆਪਣੇ, ਹੈ ਨਾ, ਛੱਡ ਪਰੇ ਹੁਣ ਕੀ ਫਰਿੱਜੇ ਪੱਕੇ 'ਚ ਪਾਉਣੀ ਹੈ, ਸੂਜੀ ਤਾਂ ਪਈ ਹੈ ਪੈਕਟ ਕਰਨ ਦਾ। ਮੈਂ ਲਿਓ ਨਹੀਂ ਹੁੰਦੀ ਨਾ ਦੁਕਾਨ 'ਤੇ ਜਾਵਾਂ ਜੋ ਰੈਸਪੀਆਂ ਵਗੈਰਾ ਬਣਾਉਣ ਨੂੰ, ਮਿਸ਼ਰੀ ਤਾਂ ਔਡਰ ਕਰੀ ਨਹੀਂ ਤੁਸੀਂ, ਕਰੀ ਵੀ ਹੈ ਕਰੀ ਹੈ, ਮੈਂ ਵੀ ਆਪਣਾ ਚਮਚ ਹੈ ਜਿਹੜਾ ਆਸਾਨੀ ਨਾਲ ਘੁੰਮਣ ਲੱਗ ਗਿਆ ਇਹਦੇ ਵਿੱਚ, ਅਤੇ ਥੋੜ੍ਹੇ ਜਿਹੇ ਚਿਰ ਨੂੰ ਇਹ ਹੋਰ ਗਿੱਲਾ ਹੋ ਜੂਗਾ ਬੇਸਣ। ਕੜਾਹੀ ਹਿਲਦੀ ਹੈ, ਇੱਕ ਜਣੇ ਦੀ ਹੈਲਪ ਚਾਹੀਦੀ ਹੈ ਇਹਦੇ 'ਚ। ਪਕਾ ਲਿਆ, ਥੋੜ੍ਹਾ ਜਿਹਾ ਫਰਕ ਪੈ ਗਿਆ, ਕਲਰ ਤਾਂ ਨਹੀਂ ਚੇਂਜ ਪਾਇਆ ਪਰ ਹਲਕਾ ਜਿਹਾ ਇੱਕ ਫਰਕ ਪੈ ਗਿਆ ਪਹਿਲਾਂ ਨਾਲ, ਹੈ ਨਾ, ਮਤਲਬ ਇਹ ਬੇਸਣ ਪੱਕ ਚੁੱਕਿਆ ਆਪਣਾ। ਖੁਸ਼ਬੂ ਆਉਣ ਲੱਗ ਗਈ, ਇਸ ਟਾਈਮ ਵੀ ਤੁਸੀਂ ਚਾਸਣੀ ਦੇ ਜੋ ਚਾਸਣੀ ਬਣਾਉਂਗੇ ਉਸ ਟਾਈਮ ਕਲਰ ਵੀ ਪਾ ਸਕਦੇ ਹੋ, ਪਰ ਆਪਾਂ ਕਲਰ ਨਹੀਂ ਪਾਵਾਂਗੇ ਇਹਦੇ, ਆਪਾਂ ਇਹਨੂੰ ਬਿਨਾਂ ਕਲਰ ਤੋਂ ਬਣਾਵਾਂਗੇ। ਲੈ ਵੀ 7 ਤੋਂ 8 ਮਿੰਟ ਹੋ ਗਏ ਬੇਸਣ ਭੁੰਨਦਿਆਂ ਨੂੰ, ਅਤੇ ਬੇਸਣ ਹੋ ਗਿਆ ਆਪਣਾ ਤਿਆਰ। ਹੁਣ ਆਪਾਂ ਇਹਦੇ ਵਿੱਚ ਹਲਕੇ ਹਲਕੇ ਦੁੱਧ ਦੇ ਛਿੱਟੇ ਮਾਰਾਂਗੇ ਇਹਨੂੰ ਦਾਣੇਦਾਰ ਬਣਾਉਣ ਦੇ ਵਾਸਤੇ। ਫਿਰ ਆਪਾਂ ਬਣਾਵਾਂਗੇ ਚਾਸਣੀ, ਬਸ ਇੰਨਾ ਹੀ ਪਾਵਾਂਗੇ ਆਪਾਂ ਦੁੱਧ। ਹੱਥ ਹੈ ਮੇਰੇ, ਮੈਂ ਕੋਈ ਸ਼ੇਰਾਂ ਵਾਲੀ ਥੋੜ੍ਹੀ ਹਾਂ ਵੀ ਮੈਂ 8 ਭੁਜਾਵਾਂ ਲੈ ਕੇ ਪੈਦਾ ਹੋਈ ਹਾਂ। 2 ਕੱਪ ਚੀਨੀ, ਡੇਢ ਕੱਪ, ਅੱਧਾ ਕੱਪ ਪਾਣੀ, ਇਸਦੀ ਬਣਾਵਾਂਗੇ ਆਪਾਂ ਚਾਸਣੀ। ਚਲੋ ਖੰਡ ਖੁਰ ਜਾਣਗੇ ਫਿਰ ਦੱਸਦੇ, ਅਤੇ ਇਸ ਸਾਈਡ ਵੀ ਅਸੀਂ ਚਾਹ ਧਰੀਏ ਥੋੜ੍ਹੀ ਜਿਹੀ 2 ਕੱਪ। ਅਤੇ ਵੀ ਬੇਸਣ ਦੇ ਵਿੱਚ ਵੀ ਕੜਛੀ ਰੁਕਣ ਨਹੀਂ ਦੇਣੀ,
ਨਾ ਸੁੱਕੇ 'ਚ ਅਤੇ ਨਾ ਘਿਓ ਪਾਏ ਬਾਅਦ, ਅਤੇ ਖੰਡ 'ਚ ਵੀ ਕੜਛੀ ਰੁਕਣ ਨਹੀਂ ਦੇਣੀ ਜਮਾਂ ਹੀ। ਨਹੀਂ ਤਾਂ ਰੁਕ ਦਿਆ ਸਾਰ ਅਤੇ ਖੰਡ ਥੱਲੇ ਚਿਪੂ। ਖੰਡ ਖੁਰ ਗਈ ਹੈ ਬਈ, ਉਬਾਲਾ ਆਉਣ ਦਾ ਇੰਤਜ਼ਾਰ ਹੈ ਅਤੇ ਇਹਦੇ 'ਚ ਤਾਂ ਪਤਾ ਨਹੀਂ ਅਤੇ ਚਾਹ 'ਚ ਉਬਾਲਾ ਆ ਗਿਆ ਅਤੇ ਚਾਹ ਨੂੰ ਵੀ ਸਹੀ ਨਹੀਂ ਰੱਖੀ ਜਿਹੜਾ ਉਬਾਲਾ ਵਿਚਾਲੇ ਆਵੇ। ਦੇਖੋ ਕਈ ਵਾਰੀ ਟੇਢਾ ਵਿੰਗਾ ਰੱਖਦੇ ਟੋਪੀਏ ਤਾਂ ਉਬਾਲਾ ਸਹੀ ਨਹੀਂ ਆਉਂਦਾ, ਅਤੇ ਜਿਹੜਾ ਇੱਕ ਪਾਸੇ ਵਾਲਾ ਉਬਾਲਾ ਨਾ ਸਾਡੇ ਸਵਾਨਾ ਉਹ 'ਚ ਦੁੱਧ ਠੋਕ ਦਿੰਦੀ, ਫਿਰ ਚਾਹ ਸਵਾਦ ਨਹੀਂ ਬਣਦੀ। ਇੱਕ ਪਾਸੇ ਪਾਣੀ ਕੱਚਾ ਰਹਿ ਜਾਂਦਾ, ਇਹਨੇ ਕੋਈ ਦੁੱਧ ਵਾਲੀ ਗੜਵੀ ਫੜਾਈ। ਚੱਲ ਕੰਮ ਮੈਂ ਕਹਿ ਦਿੰਦੀ ਹਾਂ ਜਿਹੜਾ ਮੇਰੇ ਕੋਲ ਦੀ ਟੱਪਦਾ ਉਹਨੂੰ। ਪਾਤਾ ਵੀ ਦੁੱਧੂ, ਪੱਤੀ ਨਿਰੀ ਠੋਕੀ ਹੈ, ਬੰਦੇ ਦਾ ਕਾਲਜਾ ਸੜ ਜੇ। ਮੇਰੀ ਚਾਹ ਸੰਭਾਲ ਲੈ ਇੱਧਰ ਹੋ ਕੇ, ਜਿਵੇਂ ਮੈਂ ਹੁਣ ਤਾਂ ਜਸ਼ਨ ਨੂੰ ਆਖਿਆ ਸੀ। ਮੈਂ ਤੈਨੂੰ ਬੋਲਿਆ ਵੀ ਚਾਹ ਸੰਭਾਲ ਲੈ ਅਤੇ ਤੂੰ ਖੜਕਾ ਪੱਟਣ ਲੱਗ ਪਈ, ਅਤੇ ਜਿਵੇਂ ਮੈਂ ਜਸ਼ਨ ਨੂੰ ਬੋਲਿਆ ਸੀ ਹੁਣ ਤਾਈ ਵੀ ਮੈਂ ਅੱਠ ਹੱਥਾਂ ਵਾਲੀ ਨੀਗੀ ਸ਼ੇਰਾਂ ਵਾਲੀ, ਮੈਂ ਇੱਕ ਸਧਾਰਨ ਬੁੜੀ ਹਾਂ, ਉਵੇਂ ਮੈਂ ਹੁਣ ਤੈਨੂੰ ਕਹਿੰਦੀ ਹਾਂ ਵੀ ਮੈਂ ਅੱਠ ਹੱਥਾਂ ਵਾਲੀ ਨਹੀਂ ਵੀ ਜਿਹੜੀ ਚਾਹ ਵੀ ਸੰਭਾਲ ਲਾ। ਤਾਰ ਵੀ ਜ਼ਰੂਰ ਬਣਾਉਣੀ ਇਹਦੇ ਵਿੱਚ, ਮੈਨੂੰ ਤਾਂ ਆਈਡੀਆ ਹੈਗਾ ਵੀ ਹੁਣ ਤਾਰ ਬਣ ਗਈ ਅਤੇ ਮੈਂ ਤੁਹਾਨੂੰ ਵੀ ਦਿਖਾ ਦੂੰਗੀ ਵੀ ਤਾਰ ਬਣ ਚੁੱਕੀ ਹੈ, ਬਣ ਚੁੱਕੀ ਹੈ, ਨਹੀਂ ਬਣੀ ਹਜੇ, ਦੋ ਮਿੰਟ ਲੱਗਣਗੇ। ਹੁਣ ਦੇਖੋ ਬਣ ਗਈ ਨਾ ਤਾਰ, ਮੈਂ ਤਾਂ ਚੈੱਕ ਐਵੇਂ ਹੀ ਕਰ ਲੈਂਦੀ ਹਾਂ ਚਾਸਣੀ, ਤਾਂ ਵੀ ਆਪਣੀ ਚਾਸਣੀ ਤਿਆਰ ਹੋ ਗਈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਰੀ ਬੇਸਣ ਦੀ ਮਿਠਾਈ ਹੈ ਜਿਹੜੀ, ਲੈ ਵੀ ਆ ਤਾਂ ਵੀ ਆਪਾਂ ਹੈਲਪ ਲੈ ਲੈਂਦੇ ਹਾਂ ਇੱਕ ਜਣੇ ਤੋਂ, ਭਾਈ ਖੜਾ ਜਾ ਖੜਕਾ ਕਰਦਾ ਸੀ ਮੇਰੇ ਪੈਰਾਂ 'ਤੇ ਨਾ ਪੁਣਦੀ, ਇੱਕ ਚਾਹ ਇਹਦੇ 'ਚ ਨਾ ਪੁਣੀ ਕਿਸੇ ਭਾਂਡੇ 'ਚ ਪੁਣਦੇ, ਮੈਨੂੰ ਦੋ ਮਿੰਟ ਲੱਗਣਗੇ, ਅਸੀਂ ਆਪੇ ਪਾ ਕੇ ਪੀ ਲਾਂਗੇ। ਗੈਸ ਕਰ ਦਿੰਦੇ ਹਾਂ ਬੰਦ ਆਪਾਂ, ਕੜਾਹੀ ਪਤਲੀ ਹੈ ਦੋਵਾਂ, ਆਪਾਂ ਕਰ ਲੈਂਦੇ ਹਾਂ ਮਿਕਸ ਆਪਣੇ ਦਾਣੇਦਾਰ ਚੂਰਮੇ ਨੂੰ। ਜੇ ਆਪਾਂ ਨੂੰ ਲੋੜ ਹੋਈ ਤਾਂ ਗੈਸ ਚਲਾ ਲਾਂਗੇ ਅਤੇ ਨਹੀਂ ਤਾਂ ਬਸ ਖੜ ਜਾ ਮਿੰਟ ਖੜ ਜਾ ਭੈਣੇ, ਬਖਸ਼ ਦੇ ਮੈਨੂੰ। ਕਰ ਲਿਆ ਮਿਕਸ, ਮਿਸ਼ਰਣ ਕਰ ਲਿਆ ਤਿਆਰ।
ਕੈਮਰਾ ਬੰਦ ਕਰਦੇ ਚਾਹ ਪਾਉਣ ਲੈਣਗੇ। ਗੈਸ ਬੰਦ ਹੈ ਇਸ ਟਾਈਮ, ਇਹ ਸਾਰੇ ਨੂੰ ਆਪਾਂ ਪਲਟ ਲੈਣਾ। ਵੀ ਥੋੜ੍ਹਾ ਬਣਾਇਆ ਨਾ, ਪਤਲੀਆਂ ਬਰਫੀਆਂ ਬਣਨਗੀਆਂ, ਭਾਂਡਾ ਵੱਡਾ ਜਿਵੇਂ ਚੂਰਮੇ ਦੀ ਖੜੀ ਬਰਫੀ ਬਣਦੀ ਹੈ ਉਵੇਂ ਦੀ ਨਹੀਂ ਬਣਨੀ, ਥੋੜ੍ਹੀ ਪਤਲੀ ਬਣੂਗੀ ਪਰ ਟੇਸਟ ਉਹੀ ਹੈ। ਉਹ ਜਲੇਬੀਆਂ ਵਾਲੀ ਨੇ ਕਰਿਆ ਸੀ ਨਾ, ਉਹਦੇ ਤੋਂ ਜਲੇਬੀ ਖਰਾਬ ਹੋ ਗਈ। ਉਹ ਕਹਿੰਦੀ ਐਸੇ ਬਣਦੀ ਹੈ ਵੈਸੇ ਬਣਦੀ ਹੈ, ਪਹਿਲਾਂ ਤਾਂ ਮੇਰੇ ਉਹਨੂੰ ਦੱਸੀ ਗਈ, ਬਾਅਦ 'ਚ ਕਹਿੰਦੀ ਵੀ ਟੇਸਟ ਉਹ ਜਿਹੀ ਹੋਊਗਾ ਜਦੋਂ ਖਰਾਬ ਹੋ ਗਈ ਹੈ। ਉਹ ਵੀ ਹੈ ਵੀ ਜੇ ਮੇਰਾ ਚੂਰਮਾ ਖਰਾਬ ਹੋ ਜਾਵੇ ਤਾਂ ਟੇਸਟ ਉਹ ਜਿਹੀ ਆਊਗਾ। ਆਪਾਂ ਕਰ ਲਈ ਥਾਲੀ ਨੂੰ ਟੇਢੀ, ਥਾਲੀ ਵੱਡੀ ਸੀ ਤਾਂ ਵੀ ਇਹਨੂੰ ਸਵਾਰ ਕੇ ਪੂੰਝ ਲਿਆ। ਗਰਮ ਹੈ ਬਈ, ਇੱਕ ਵਾਰੀ ਠੰਡਾ ਹੋਣ ਤੋਂ ਬਾਅਦ ਇਹਦੀਆਂ ਐਸੀਆਂ ਟਿੱਕੀਆਂ ਜੰਮਣੀਆਂ ਵੀ ਕੀ ਕਹਿਣ ਦੀ ਗੱਲ। ਆਹ ਕੁੰਡਾ ਗਰਮ ਹੈ, ਆਹ ਕੁੰਡਾ ਠੀਕ ਹੈ। ਵੀ ਹਲਵਾਈ ਲਵੇੜਦਾ ਹੁੰਦਾ ਨਾ ਚੀਜ਼ਾਂ, ਸਾਰਾ ਕੁਛ ਲਵੇੜ ਕੇ ਬੈਠਾ ਹੁੰਦਾ, ਉਵੇਂ ਮੈਂ ਵੀ ਪੜ੍ਹਾਈ ਖੜੀ ਸਭ ਲਵੇੜ ਕੇ। ਲਓ ਵੀ ਬਰਫੀ ਹੋ ਗਈ ਤਿਆਰ ਬਣ ਕੇ, ਅਤੇ ਇਹ ਸਿੰਪਲ ਜਿਹੇ ਪੀਸ ਬਣਾਏ ਵੀ ਸਾਡੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਦੇਸੀ ਜਿਹੇ ਸਟਾਈਲ 'ਚ ਵੱਡੇ ਛੋਟੇ, ਅਤੇ ਇੱਕ ਵੀ ਸਾਡੇ ਚਾਕੂ ਤਿੱਖੇ ਹੈ ਨਹੀਂ ਗੇ, ਇਹਨਾਂ ਨੇ ਗੱਤੇ ਕੱਟ ਕੱਟ ਕੇ ਨਾ ਚਾਕੂ ਖਰਾਬ ਕਰ ਰੱਖੇ। ਅਤੇ ਬਰਫੀ ਹੋ ਗਈ ਵੀ ਬਿਲਕੁਲ ਤਿਆਰ, ਅਤੇ ਟੇਸਟ ਬਹੁਤ ਘੈਂਟ ਹੈ। ਚਲੋ ਬੋਲੋ ਅੱਗੇ ਹਿੱਲੋ, ਚਲੋ ਬਸ ਫਿਰ ਬਸ ਹੋਰ ਵੀ ਬਣਾਇਓ ਖਾਇਓ, ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਮਿਲਾਂਗੇ ਕੱਲ ਨੂੰ ਫੇਰ ਨਵੀਂ ਵੀਡੀਓ 'ਚ, ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀ ਆਪ ਜੀ ਨਵੇਂ ਨਵੇਂ ਅਤੇ ਹੋਰ ਘੈਂਟ ਘੈਂਟ ਵੀਡੀਓ ਵੇਖਣ ਵਾਸਤੇ।